ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵੱਲੋਂ ਵਾਤਾਵਰਨ ਪਾਰਕ ਵਿੱਚ ਨਹਿਰ ਦੇ ਕੰਢੇ ਦੇ ਜਾ ਕੇ ਛੱਠ ਤਿਉਹਾਰ ਮਨਾਇਆ ਗਿਆ। ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਦੇ ਇਤਿਹਾਸਿਕ ਸ਼ਹਿਰ ਸਮਾਣਾ ਦੇ ਵਾਤਾਵਰਨ ਪਾਰਕ ਵਿੱਚ ਨਹਿਰ ਦੇ ਕੰਢੇ ਜਾ ਕੇ ਛੱਠ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਤਿਉਹਾਰ 'ਚ ਉੱਤਰ ਪ੍ਰਦੇਸ਼ ਬਿਹਾਰ ਵਿੱਚ ਇਹ ਮੁੱਖ ਤਿਉਹਾਰ ਹੈ। ਇਸ ਤਿਉਹਾਰ ਨੂੰ ਔਰਤਾਂ ਆਪਣੇ ਪਰਿਵਾਰ ਦੀ ਖੁਸ਼ਹਾਲੀ ਲੰਮੀ ਉਮਰ ਦੀ ਕਾਮਨਾ ਲਈ ਛੱਠ ਰੱਖਦੀਆਂ ਹਨ, ਛੱਠ ਦਾ ਵਰਤ ਰੱਖਦੀਆਂ ਹਨ। ਬੱਚਿਆਂ ਦੀ ਸਿਹਤ, ਪਤੀ ਦੀ ਸਿਹਤ ਨਾਲ ਅਤੇ ਖੁਸ਼ਹਾਲੀ ਲਈ ਇਹ ਵਰਤ ਰੱਖਿਆ ਜਾਂਦਾ ਹੈ। ਪੰਜਾਬ ਦੇ ਲੋਕ ਸੂਰਜ ਚੜ੍ਹਨ ਵੇਲੇ ਸੂਰਜ ਦੀ ਪੂਜਾ ਕਰਨ ਲਈ ਵਰਤ ਰੱਖਦੇ ਹਨ ਅਤੇ ਸੂਰਜ ਦੀ ਚੜ੍ਹਨ ਵੇਲੇ ਪਾਣੀ ਨਾਲ। ਪੰਜਾਬ ਦੀ ਤਰੱਕੀ ਵਿੱਚ ਪ੍ਰਵਾਸੀ ਭਾਈਚਾਰੇ ਦਾ ਵੱਡਾ ਰੋਲ ਹੈ। ਸਰਕਾਰ ਨੇ ਉਹਨਾਂ ਵੱਲੋਂ ਬਣਾਈਆਂ ਨਵੀਆਂ ਸਕੀਮਾਂ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵਿੱਚ ਛੱਠ ਦੇ ਤਿਉਹਾਰ ਨੂੰ ਲੈ ਕੇ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਣਾ ਤੋਂ ਕਲਾਸ਼ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ। हाँ मंत्री साहब, आज छठ पूजा है और जिस तरह समाज मना रहा, तुम शामिल हो, क्या कहोगे? मैं सब तो पहला साडा प्रवासी भाईचारा जो समाने के विच रह रहे हैं उन्होंने छठ पूजा की बहुत बहुत मुबारकबाद दें। सब तो कठिन है छठ पूजा का जिहड़ा हैगा पूरा करना, क्योंकि इहदे विच दो टाइम जिहड़ी हैगी है वह अपना पूजा करनी हुंदी है, एक शाम नू डुबदे सूरज की और सवेरे है जिहड़ी उगदे सूरज की सेवा करनी हुंदी है। सो इस करके बहुत कठिन है, पर साडा प्रवासी भाईचारा जिहड़ा बड़ी दृढ़ता नाल इह जिहड़ा तिहार है जिहड़ा मनाया जा रहा, वह मैं आए साल इत्थे आ के भी जाना और सारयां नू मिल के भी जाना, सज्जणां नू अज भी इत्थे आया और इन्हां दे परिवारां नाल जिहड़ी खुशी सांझी कीती है और परमात्मा इन्हां दे सारे जो भी मनोकामना ने वह सारियां पूरियां करे और हमेशा चढ़दी कला च रखे।